ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਆਪ ਜੀ ਦੀ ਮੁਲਾਕਾਤ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੈਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਦੇ ਨਾਲ ਕਰਵਾਉਣਾ ਚਾਹੁੰਦਾ ਹਾਂ। ਸਤਿਗੁਰਾਂ ਦੀ ਸਾਜੀ ਨਵਾਜੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਪੰਥ ਦੀ ਸਾਜਨਾ ਕੀਤੀ ਅਤੇ ਆਪ ਪ੍ਰਚਾਰ ਪ੍ਰਸਾਰ ਕੀਤਾ, ਪਰ ਸਤਿਗੁਰੂ ਨੂੰ ਵੀ ਲੋਕ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ। ਸਤਿਗੁਰਾਂ ਨੂੰ ਵੀ ਐਸੇ ਸ਼ਬਦ ਲੋਕ ਆਖਦੇ ਰਹੇ, ਕੋਈ ਕੁਰਾਈਆ ਆਖਦਾ ਰਿਹਾ, ਕੋਈ ਤਾਲਿਓ ਖੁੰਝਾ ਆਖਦਾ ਰਿਹਾ, ਪਰ ਉਹ ਤਾਂ ਸਤਿਗੁਰੂ ਸੀ। ਪਰ ਐਸੇ ਪ੍ਰਚਾਰ ਪ੍ਰਸਾਰ ਕਰਨ ਵਾਲੇ ਗੁਰੂ ਘਰ ਦੇ ਅੰਦਰ ਸੰਤ ਰਣਜੀਤ ਸਿੰਘ ਜੀ, ਢੱਡਰੀਆਂ ਵਾਲੇ ਮਹਾਂਪੁਰਖ, ਕਿਉਂਕਿ ਕਾਫੀ ਸਮੇਂ ਤੋਂ ਅਸੀਂ ਦਾਸ, ਜਦੋਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲੀ ਹੈ, ਅਸੀਂ ਸਮਾਗਮਾਂ ਦੇ ਵਿੱਚ ਇਕੱਤਰ ਹੁੰਦੇ ਰਹਿੰਦੇ ਹਾਂ ਅਤੇ ਉਹ ਸਿੱਖ ਪੰਥ ਦਾ ਪ੍ਰਚਾਰ ਕਰ ਰਹੇ ਹਨ। ਅਸੀਂ ਐਸੀ ਗੱਲ ਕਦੀ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਊਣਤਾਈ ਨਹੀਂ ਦੇਖੀ। ਸਾਰੇ ਸਿੰਘ ਸਾਹਿਬਾਨ ਅਸੀਂ ਗੁਰਮਤਿ ਸਮਾਗਮਾਂ ਵਿੱਚ ਇਕੱਤਰ ਹੁੰਦੇ ਰਹਿੰਦੇ ਹਾਂ, ਤਾਂ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਦੇਸ਼ ਵਿਦੇਸ਼ ਵਿੱਚ, ਕਿਉਂਕਿ ਸਾਰੇ ਧਰਮ ਆਪਣਾ ਆਪਣਾ ਪ੍ਰਚਾਰ ਕਰ ਰਹੇ ਹਨ, ਸਾਡਾ ਵੀ ਇਹ ਪ੍ਰਚਾਰ ਹੋਣਾ ਚਾਹੀਦਾ ਹੈ। ਅਤੇ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਹਨ, ਅਸੀਂ ਉਹਨਾਂ ਦੇ ਦੋਸ਼ਾਂ ਦੀ ਇੱਕ ਬਹੁਤ ਕਰੜੀ ਨਿਖੇਧੀ ਕਰਦੇ ਹਾਂ। ਅਤੇ ਉਹ ਤਾਂ ਸਿੱਖ ਪੰਥ ਦਾ ਅੰਗ ਹਨ, ਸਾਡਾ ਪ੍ਰਚਾਰ ਪਹਿਲਾਂ ਹੀ ਘੱਟ ਹੈ। ਉਹ ਜਦੋਂ ਦੀਵਾਨ ਲਗਾਉਂਦੇ ਹਨ, ਕਿਤਨੇ ਕਿਤਨੀਆਂ ਸਿੱਖ ਸੰਗਤਾਂ ਉਹਨਾਂ ਦੇ ਦੀਵਾਨਾਂ ਵਿੱਚ ਇਕੱਤਰ ਹੁੰਦੀਆਂ ਹਨ, ਤਾਂ ਇਸ ਕਰਕੇ ਆਪ ਸਿੱਖ ਸੰਗਤਾਂ ਸੁਚੇਤ ਰਹੋ। ਕਈ ਝੂਠੇ ਬੇਬੁਨਿਆਦ ਜਿਹੜੇ ਲੋਕ ਹਨ, ਉਹ ਇਸ ਤਰ੍ਹਾਂ ਦੇ ਦੋਸ਼ ਲਾ ਦਿੰਦੇ ਹਨ। ਦਾਸ ਵੱਲੋਂ ਬੇਨਤੀ ਹੈ ਕਿ ਆਪਾਂ ਇੱਕ ਸਿੱਖ ਪੰਥ ਦੀ ਬਹੁਤ ਵੱਡੀ ਸ਼ਕਤੀ ਬਣ ਕੇ ਰਹੀਏ। ਜਿਹੜੇ ਨੌਜਵਾਨ ਬੱਚੇ ਸਾਡੇ ਕੇਸਾਂ ਤੋਂ ਪਤਿਤ ਹੋ ਰਹੇ ਨੇ, ਨਸ਼ੇ ਕਰ ਰਹੇ ਹਨ, ਅਤੇ ਅਸੀਂ ਪ੍ਰਚਾਰ ਕਰਕੇ ਉੱਧਰ ਆਪਣਾ ਧਿਆਨ ਜਿਹੜਾ ਹੈ ਜੋੜੀਏ। ਐਸੇ ਮਹਾਂਪੁਰਖਾਂ ਅਤੇ ਦੀਵਾਨਾਂ ਦੇ ਵਿੱਚੋਂ ਅਸੀਂ ਲਾਭ ਉਠਾਈਏ। ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ